मस्का चस्का वेख रहे सारे ही श्रोतियों का स्वागत है। अज गुरदासपुर विच प्राइवेट स्कूल के अध्यापक अते ट्रांसपोर्ट स्टाफ ने किया विरोध। यह विरोध स्कूल बंद होने के कारण किया गया। रिपोर्टर जगजीत सिंह की विशेष रिपोर्ट, मस्का चस्का टाइम, गुरदासपुर। ਹਾਜਨ ਸੁਮਿਤਰਾ ਦੇਵੀ ਆਰਿਆ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਤੋਂ ਅਸੀਂ ਅੱਜ ਇੱਥੇ ਡਿਸਟ੍ਰਿਕਟ ਗੁਰਦਾਸਪੁਰ ਦੇ ਸਾਰੇ ਪ੍ਰਾਈਵੇਟ ਸਕੂਲ ਫੈਡਰੇਸ਼ਨ ਦੇ ਮੈਂਬਰਸ ਨੌਨ ਮੈਂਬਰਸ ਸਾਰੇ ਹੀ ਸਕੂਲਸ ਪਹੁੰਚੇ ਨੇ ਇਹੀ ਪੁਰਜ਼ੋਰ ਮੰਗ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅੱਗੇ ਕਿ ਸਾਡੀ ਆਵਾਜ਼ ਜਿਹੜੀ ਹੈ ਉਹ ਕੈਬਨਿਟ ਤੱਕ ਪਹੁੰਚਾਈ ਜਾਏ ਤਾਂ ਕਿ ਪ੍ਰਾਈਵੇਟ ਸਕੂਲਾਂ ਦਾ ਜੋ ਪਿਛਲੇ ਇੱਕ ਸਾਲ ਦੇ ਵਿੱਚ ਹਸ਼ਰ ਹੋਇਆ ਹੈ ਉਸ ਤੋਂ ਕੋਈ ਵੀ ਅਣਜਾਣ ਨਹੀਂ ਹੈ ਔਰ ਇਹ ਅਦਾਰੇ ਐਸੇ ਅਦਾਰੇ ਨੇ ਜਿਨ੍ਹਾਂ ਨੇ ਸਰਕਾਰ ਦਾ ਹਮੇਸ਼ਾ ਸਾਥ ਦਿੱਤਾ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਵੋਟਿੰਗ ਦੇ ਵਿੱਚ ਜੇ ਪੋਲਿੰਗ ਬੂਥ ਸਕੂਲਸ ਵਿੱਚ ਬਣ ਸਕਦੇ ਨੇ ਅੱਜ ਦੇ ਕਰੋਨਾ ਦੇ ਟਾਈਮ ਦੇ ਵਿੱਚ ਸਕੂਲਸ ਇੱਕ ਐਡਾ ਵੱਡਾ ਮਾਧਿਅਮ ਨੇ ਜਿਨ੍ਹਾਂ ਦੇ ਜ਼ਰੀਏ ਆਪਾਂ ਪੂਰੀ ਜਿੰਨੇ ਵੀ ਇੱਥੇ ਦੇ ਸਿਟੀਜ਼ਨਸ ਨੇ ਪੰਜਾਬ ਦੇ ਉਹਨਾਂ ਸਾਰਿਆਂ ਨੂੰ ਆਪਾਂ ਸਿਖਾ ਸਕਦੇ ਹਾਂ ਕਿ ਆਪਾਂ ਸੋਸ਼ਲ ਡਿਸਟੈਂਸਿੰਗ ਕਿੱਦਾਂ ਮੇਨਟੇਨ ਕਰਨੀ ਹੈ ਦੁਨੀਆ ਭਰ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਸਾਨੂੰ ਕਰੋਨਾ ਦੇ ਨਾਲ ਜੀਣਾ ਸਿੱਖਣਾ ਹੈ ਤੇ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰਕੇ ਉਹਨਾਂ ਨੂੰ ਮਰਨ ਤੇ ਮਜਬੂਰ ਕਰ ਰਹੇ ਹਾਂ ਇੰਨੇ ਪ੍ਰਾਈਵੇਟ ਮੁਲਾਜ਼ਮ ਜਿਹੜੇ ਅੱਜ ਇੱਥੇ ਸਾਡੇ ਨਾਲ ਖੜੇ ਨੇ ਚਾਹੇ ਉਹ ਟੀਚਰ ਹੋਣ ਚਾਹੇ ਉਹ ਡਰਾਈਵਰ ਕੰਡਕਟਰ ਮਾਲੀ ਪੀਅਨ ਕੋਈ ਵੀ ਹੋਵੇ ਹਰ ਇੱਕ ਸਕੂਲ ਦੇ ਨਾਲ ਇੰਨੇ ਮੁਲਾਜ਼ਮ ਜੁੜੇ ਹੋਏ ਹਨ ਸਰਕਾਰ ਨੇ ਉਹਨਾਂ ਦੇ ਭਵਿੱਖ ਬਾਰੇ ਕੀ ਸੋਚਿਆ ਹੈ ਸਾਡਾ ਸਿਰਫ ਇਹ ਸਵਾਲ ਕਿ ਸਰਕਾਰ ਉਹਨਾਂ ਦੇ ਬਾਰੇ ਕੀ ਕਰਨ ਜਾ ਰਹੀ ਹੈ ਸਾਨੂੰ ਕਿਸੇ ਅਦਾਰੇ ਤੋਂ ਕਿਸੇ ਗਵਰਨਮੈਂਟ ਸੈਕਟਰ ਤੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਬਸ ਸਿੰਪਲੀ ਸਾਡੇ ਇਹਨਾਂ ਕੁਐਰੀਜ਼ ਨੂੰ ਹੱਲ ਕੀਤਾ ਜਾਏ ਔਰ ਇਹਨਾਂ ਪ੍ਰਾਈਵੇਟ ਮੁਲਾਜ਼ਮਾਂ ਦੇ ਬਾਰੇ ਸਰਕਾਰ ਸੋਚੇ ਸਾਡੀ ਇਹੀ ਮੰਗ ਹੈ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਜ਼ਰੀਏ ਅਸੀਂ ਅੱਜ ਜੋ ਮੈਮੋਰੈਂਡਮ ਇੱਥੇ ਦੇਣ ਪਹੁੰਚੇ ਹਾਂ ਉਹਨਾਂ ਦੇ ਜ਼ਰੀਏ ਅਸੀਂ ਇਹੀ ਚਾਹੁੰਦੇ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਾਡਾ ਇਹ ਦਰਦ ਪਹੁੰਚਾਇਆ ਜਾਏ ਅਤੇ ਸਾਡਾ ਕੀ ਹਾਲ ਹੋ ਰਿਹਾ ਹੈ ਇਹ ਦਿਖਾਇਆ ਜਾਏ ਨਹੀਂ ਤਾਂ ਇਸ ਤੋਂ ਇਲਾਵਾ ਸਾਡੇ ਕੋਲ ਸਕੂਲ ਬੰਦ ਕਰਨ ਤੋਂ ਇਲਾਵਾ ਕੋਈ ਹੋਰ ਜਿਹੜਾ ਹੈ ਰਿਜ਼ੋਰਟ ਸੋਲਿਊਸ਼ਨ ਨਹੀਂ ਰਹੇਗਾ। ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਪੰਜਾਬ ਸਰਕਾਰ ਵਾਸਤੇ ਮੈਮੋਰੈਂਡਮ ਦੇਣ ਵਾਸਤੇ ਆਏ ਹਾਂ ਕਿ ਸਾਰੇ ਹੀ ਪ੍ਰਾਈਵੇਟ ਸਕੂਲਸ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ ਜਦਕਿ ਪੰਜਾਬ ਦੇ ਵਿੱਚ ਹੋਰ ਸਾਰੇ ਅਦਾਰੇ ਕਿਸੇ ਵੀ ਤਰ੍ਹਾਂ ਦੇ ਅਦਾਰੇ ਜਿਹੜੇ ਨੇ ਚਾਹੇ ਉਹ ਰੈਸਟੋਰੈਂਟ ਨੇ ਚਾਹੇ ਬਾਰਸ ਨੇ ਚਾਹੇ ਠੇਕੇ ਨੇ ਚਾਹੇ ਯਾਤਾਯਾਤ ਦੇ ਸਾਧਨ ਨੇ ਟਰਾਂਸਪੋਰਟ ਹੈ ਦੁਕਾਨਾਂ ਸਕੂਲ ਔਰ ਕਾਲਜ ਜਿਹੜੇ ਨੇ ਬੰਦ ਕੀਤੇ ਗਏ ਸਾਡੀ ਪ੍ਰਚੋਰ ਮੰਗ ਹੈ ਕਿ ਬੱਚਿਆਂ ਦਾ ਭਵਿੱਖ ਖਰਾਬ ਨਾ ਕੀਤਾ ਜਾਏ ਬੱਚਿਆਂ ਨੂੰ ਔਨਲਾਈਨ ਸਟੱਡੀ ਤੋਂ ਬੰਦ ਕਰਕੇ ਅਸੀਂ ਔਫਲਾਈਨ ਸਟੱਡੀ ਜੋ ਕਿ ਬੱਚਿਆਂ ਵਾਸਤੇ ਬਹੁਤ ਹੀ ਅੱਛੀ ਹੈ ਉਸ ਕਰਕੇ ਅਸੀਂ ਸਾਰੇ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਮੋਰੈਂਡਮ ਦੇਣ ਆਏ ਹਾਂ ਕਿ ਉਹ ਪੰਜਾਬ ਸਰਕਾਰ ਨੂੰ ਸਾਡਾ ਸੰਦੇਸ਼ ਪਹੁੰਚਾਉਣ ਕਿ ਆਰੇ ਸਾਰੇ ਸਕੂਲ ਸਾਰੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਸਕੂਲ ਖੋਲ੍ਹਣਾ ਚਾਹੁੰਦੇ ਹੈ ਔਰ ਸਕੂਲ ਖੋਲ੍ਹ ਕੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੈ ਇਹੀ ਮਾਂ ਬਾਪ ਦੀ ਇੱਛਾ ਹੈ ਇਹੀ ਸਾਰੇ ਟਰਾਂਸਪੋਰਟ ਵਾਲਿਆਂ ਦੀ ਇੱਛਾ ਹੈ ਇਹੀ ਸਾਰੇ ਡਰਾਈਵਰਸ ਕੰਡਕਟਰਸ ਪੀਐਨਸ ਮਾਲੀ ਜੋ ਵੀ ਨੇ ਸਾਰਿਆਂ ਦੀ ਇੱਛਾ ਇਹੀ ਹੈ ਕਿ ਉਹਨਾਂ ਦੇ ਸਕੂਲ ਕਾਲਜ ਖੁੱਲ੍ਹਣ ਅਤੇ ਤਾਂ ਕਿ ਕਿਸੇ ਦਾ ਰੋਜ਼ਗਾਰ ਨਾਲ ਧੱਕਾ ਨਾ ਹੋਏ ਕਿਸੇ ਨੂੰ ਨੌਕਰੀ ਤੋਂ ਕੱਢਿਆ ਨਾ ਜਾਵੇ।